ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ ਹੋਰ ਨਵੇਂ ਵਲੌਗ ਦੇ ਵਿੱਚ। ਭਾਈ ਨਾਲ ਇੰਸਟਾਗ੍ਰਾਮ 'ਤੇ ਗੱਲ ਹੋਈ ਸੀਗੀ ਅਤੇ ਕਹਿੰਦਾ ਗੇਟਾ ਗੂਟਾ ਕੱਢ ਕੇ ਆਉਂਦੇ ਹਾਂ ਚੱਲਦੇ ਹਾਂ। ਫਿਲਹਾਲ ਤਾਂ ਅਜੇ ਤਾਂ ਤੁਰਕੀ ਆਏ ਹਾਂਗੇ, ਇਸ ਤੋਂ ਬਾਅਦ ਚੱਲਦੇ ਹਾਂ ਕਿਸੇ ਪਾਸੇ। ਗੱਡੀ ਆਉਂਦੀ ਆ ਫਿਰ ਗੱਡੀ 'ਚ ਚੱਲਦੇ ਹਾਂ, ਬਟਨ ਦੱਬ ਤਾ ਆਪਾਂ ਅਤੇ ਇਸ ਤੋਂ ਬਾਅਦ ਕ੍ਰੋਸ ਕਰਾਂਗੇ ਜਦੋਂ ਆਪਣੀ ਉੱਧਰੋਂ ਲਾਈਟ ਹੋ ਗਈ। ਅਤੇ ਬਾਕੀ ਉਹ ਸੀਗਾ ਮੇਰਾ ਸਕੂਲ, ਉਹ ਮੇਰਾ ਸਕੂਲ ਆ, ਤੁਹਾਨੂੰ ਅੱਗੇ ਚੱਲ ਕੇ ਦਿਖਾਉਂਦੇ ਹਾਂ। ਅਤੇ ਇੱਥੇ ਯਾਰ ਥੋੜ੍ਹੇ ਜਿਹੇ ਰੂਲ ਵਧੀਆ ਨਹੀਂ ਹੈਗੇ, ਇੱਕ ਦੋ ਕੁ ਨੇਗੇ। ਜਿੱਦਾਂ ਹੁਣ ਆਪਾਂ ਇੱਦਾਂ ਕ੍ਰੋਸ ਕਰ ਰਹੇ ਹਾਂ, ਜਿਹੜਾ ਉੱਧਰੋਂ ਉਹ ਵਾਲੀ ਲਾਈਨ ਆ ਉਹ ਲੰਘ ਸਕਦੀ ਆ ਗੱਡੀਆਂ ਵਾਲੀ, ਉਹਨੇ ਪਰ ਆਪਾਂ ਨੂੰ ਦੇਖ ਕੇ ਲੰਘਣਾ ਗਾ। ਜੇ ਉਹਨੇ ਨਾ ਦੇਖਿਆ ਚੱਕ ਦੂ, ਹੈ ਨਾ। ਇਹ ਯਾਰ ਦੋ ਤਿੰਨ ਰੂਲ ਇੱਥੇ ਵਧੀਆ ਨਹੀਂ ਹੈਗੇ ਡਰਾਈਵਿੰਗ 'ਚ, ਕਾਫੀ ਵਾਰ ਨੋਟਿਸ ਕੀਤਾ ਗਾ। ਚਲੋ ਹਰ ਇੱਕ ਕੰਟਰੀ ਦਾ ਅਲੱਗ ਅਲੱਗ ਹਿਸਾਬ ਹੁੰਦਾ, ਇਹਨਾਂ ਨੇ ਆਪਦੇ ਹਿਸਾਬ ਨਾਲ ਬਣਾਇਆ ਹੋਇਆ ਹੈਗਾ। ਮਤਲਬ ਤੁਸੀਂ ਜਾਂ ਤਾਂ ਐਂ ਰੱਖੋ, ਜਾਂ ਤਾਂ ਬੰਦਿਆਂ ਨਹੀਂ ਲੰਘਣਾ ਹੋਵੇ, ਜਾਂ ਤਾਂ ਗੱਡੀਆਂ ਨਹੀਂ ਲੰਘਣਾ ਹੋਵੇ, ਉਧਰੋਂ ਗੱਡੀਆਂ ਵੀ ਲੰਘਣ ਲੱਗ ਜਾਂਦੀਆਂ, ਉਧਰੋਂ ਬੰਦੇ ਵੀ ਲੰਘਣ ਲੱਗ ਜਾਂਦੇ। ਮੈਨਾਂ ਦੋ ਤਿੰਨ ਵਾਰ ਹੋਇਆ, ਆਇਆ ਪਿਆ ਨਾ ਬਾਬਿਆਂ ਨੇ ਪਿੰਡ ਵਾਲਾ ਮਾਹੌਲ ਖੜ ਜੋ ਦਿਖਾਉਂਦੇ ਅੱਗੇ ਜਾ ਕੇ। ਧੁੱਪ ਨਿਕਲੀ ਹੋਈ ਆ ਅਤੇ ਆਹ ਸਾਡਾ ਸਕੂਲ ਆ ਜੀ, ਬੈੱਲ ਸੈਂਟਰ। ਉਹ ਦੇਖੋ ਇਹਦੇ ਵਿੱਚ ਬੈੱਲ ਸੈਂਟਰ, ਇੱਥੇ ਸ਼ੋਅ ਵਗੈਰਾ ਹੁੰਦੇ ਆ ਤਾਂ ਕਰਕੇ ਅੰਦਰ ਬਣਿਆ ਹੋਇਆ ਹੈਗਾ। ਬਾਕੀ ਉਹ ਦੇਖੋ ਹੋਇਆ ਪਿਆ ਨਾ ਪਿੰਡ ਵਾਲਾ ਮਾਹੌਲ, ਬਾਬੇ ਬੈਠੇ ਆ ਆਪਣੇ ਪਿੰਡਾਂ ਵਾਲੇ, ਅਤੇ ਅਸੀਂ ਹੋਏ ਸੀ ਪਾਰਕ 'ਚ, ਉਹ ਸੀਗਾ ਪਾਰਕ। ਇਹ ਗਰਾਊਂਡ 'ਚ ਆ ਗਈ ਦੇਖੋ, ਮਾਹੌਲ ਪੂਰਾ ਸਰਾਬ ਪਿਆ, ਉੱਧਰ ਚੱਲਦੀ ਹੈ ਕ੍ਰਿਕਟ। ਪੰਜਾਬੀ ਨੇ ਅੱਧੇ ਤੋਂ ਵੱਧ ਸਾਰੇ ਯਾਰ, ਸਰੀ ਤਾਂ ਪੰਜਾਬੀਆਂ ਨਾਲ ਹੀ ਭਰਿਆ ਹੋਇਆ, ਸਵਾਦ ਹੀ ਬੜਾ ਆਉਂਦਾ ਯਾਰ। ਅੱਜ ਧੁੱਪ ਬਹੁਤ ਵਧੀਆ ਨਿਕਲੀ ਹੋਈ ਆ, ਮਾਹੌਲ ਸਿਰਾ ਹੋਇਆ ਪਿਆ ਹੈਗਾ, ਰੋਜ਼ ਨਿਕਲਿਆ ਕਰੀਏ ਹੁਣ ਸਮਰ ਵਕੇਸ਼ਨ ਕਰਕੇ। ਕੁੱਤਾ ਵੀ ਖੁੱਲ੍ਹਾ ਹੀ ਆ, ਕੁੱਤੇ ਦੀ ਟ੍ਰੇਨਿੰਗ ਚੱਲਦੀ ਹੈ ਜੀ। ਦੱਸਦਾ ਕਹਿੰਦਾ ਆਹ ਹੈਗਾ ਜੀ ਕਬੱਡੀ ਵਾਲਾ ਗਰਾਊਂਡ, ਇਹ ਹੈਗਾ ਕਬੱਡੀ ਦੇ ਟੂਰਨਾਮੈਂਟ ਵਾਲਾ ਗਰਾਊਂਡ। ਦੇਖੋ ਜੀ ਛੋਟਾ ਗਾ ਨਾ ਯਾਰ, ਛੋਟਾ ਨਹੀਂ ਹੈਗਾ, ਆਪਣੇ ਇੰਡੀਆ 'ਚ ਵੱਡਾ ਬਣਾਉਂਦੇ ਹੁੰਦੇ ਹੈਗੇ। ਅਤੇ ਬਾਕੀ ਆਲੇ ਦੁਆਲੇ ਸੈਟਿੰਗ ਦਾ ਕਰਿਆ ਹੋਇਆ, ਇੱਥੇ ਕਹਿੰਦੇ ਟੂਰਨਾਮੈਂਟ ਹੁੰਦੇ ਹੁੰਦੇ ਆ, ਜਿੱਦਾਂ ਆਪਣੇ ਉੱਥੇ ਖੇਡਾਂ ਹੁੰਦੀਆਂ ਇੱਥੇ ਹੁੰਦੇ ਆ, ਇੱਧਰ ਕ੍ਰਿਕਟ ਦੀਆਂ ਹੋ ਗਈਆਂ, ਸਾਰਾ ਕੁਛ ਹੁੰਦਾ ਹੈ ਨਾ। ਕੈਨੇਡਾ ਦਾ ਆਈਪੀਐਲ ਉੱਥੇ ਹੁੰਦਾ ਹੈ। ਹੁਣ ਅਸੀਂ ਆਏ ਸੀਗੇ ਨਿਊਟਨ, ਆਹ ਵੀ ਹਾਏ ਹਾਏ ਲਾਈਟਾਂ ਲੁਟਾਂ ਲੱਗੀਆਂ ਹੋਈਆਂ ਕਹਿੰਦੇ, ਅਤੇ ਰਾਹ ਤਾਂ ਉਹ ਸੀ ਵੈਸੇ, ਗਲਤ ਜਾ ਰਹੇ ਹਾਂ। ਤੁਰੀ ਚੱਲ, ਹਾਏ ਤੁਰੀ ਚੱਲ ਆਇਆ ਲੋਕੇਸ਼ਨ ਇੱਕ, ਉੱਥੇ ਰੀਲਾਂ ਬਣਾਉਣੇ ਵਧੀਆ ਵਧੀਆ। ਕ੍ਰੋਸ ਕਰਕੇ ਆ ਗਏ, ਆਹ ਦੇਖੋ ਤੁਸੀਂ, ਵਾਹ ਓਏ ਬਹੁਤ ਘੈਂਟ ਪੇਂਟਿੰਗ ਬਣੀ ਹੋਈ ਆ। ਇੱਕ ਬਾਈ ਕਹਿੰਦਾ 132 ਤੇ ਵੀ ਬਣੀ ਹੋਈ ਆ ਨਾ, ਇੱਦਾਂ ਦੇਖੋ ਵਾਲ ਕਿੰਨੀ ਘੈਂਟ ਸੋਹਣੀ ਲੱਗਦੀ ਆ। ਚੱਲ ਬਣਾਈ ਇੱਧਰ ਪੁਲਿਸ ਸਟੇਸ਼ਨ ਆ, ਅਤੇ ਇੱਥੇ ਮਤਲਬ ਆ ਸਾਰੀਆਂ ਸਾਰੀ ਸਟਰੀਟ ਹੀ ਇੱਦਾਂ ਦੀ ਬਣੀ ਹੋਈ ਆ ਨਾ। ਹੁਣ ਅਸੀਂ ਗਰੋਸਰੀ ਸਟੋਰ ਜਾਏ ਸੀ, ਉੱਦਾਂ ਹੀ ਬਸ ਵਾਸ਼ਰੂਮ ਯੂਜ਼ ਕਰਨਾ ਸੀਗਾ ਇੱਥੇ, ਅਤੇ ਸਾਨੂੰ ਬਾਹਰ ਲੱਭਿਆ ਨਹੀਂ, ਅਤੇ ਇਸ ਤੋਂ ਬਾਅਦ ਉਹ ਖਾਣੇ ਪੀਣੇ ਆ, ਫਿਰ ਚੱਲਦੇ ਹਾਂ ਘਰ ਨੂੰ। ਅਸੀਂ ਹੈਗੇ ਜੀ ਨਿਊਟਨ, ਅਸੀਂ ਮੈਕਡੀ ਆਏ ਸੀਗੇ, ਖਾਣ ਪੀਣ ਨੂੰ ਲਿਆ ਸੀਗਾ ਸਮਾਨ। ਫੜੀ ਉਸਤਾਦ ਇੱਥੇ ਰੀਫਿਲ ਜਿੰਨੇ ਮਰਜ਼ੀ ਕਰ ਲਓ ਹੈ ਨਾ, ਲੈ ਭਰ ਲਈਏ ਕਿਹੜਾ ਕਿਹੜਾ ਪੀਣਾ ਤੈਂ, ਕੋਕ ਇਹ ਕੋਕ ਕਰ ਸਕਦੇ ਹਾਂ, ਜੀਰੋ ਸ਼ੂਗਰ ਭਰਲਾ ਆਈਸ ਬਹੁਤ ਆ ਸ਼ੱਕ, ਆਹ ਕੋਕ ਵਧੀਆ ਹੁੰਦਾ, ਆਹ ਡਾਇਟ ਆ ਗਿਆ, ਆਹ ਆ ਗਿਆ ਜ਼ੀਰੋ ਸ਼ੂਗਰ ਆ ਗਿਆ, ਹੈ ਨਾ, ਜਿਹੜਾ ਕੋਈ ਮਰਜ਼ੀ ਪਾ ਲਓ, ਇੱਧਰੋਂ ਪਾ ਲੈਣਾ ਮੈਂ ਰੀਫਿਲ ਜਿੰਨੇ ਮਰਜ਼ੀ, ਹੈ ਨਾ। ਚੱਕਰ ਸ਼ੂਗਰ ਵੀ ਐਡ ਕਰ ਸਕਦੇ ਹਾਂ, ਪੈਪਰ ਸ਼ੂਗਰ ਚੱਲ ਆ ਜਾ। ਘਰੇ ਆ ਗਏ ਸੀਗੇ, ਅਤੇ ਆ ਹੈਗਾ ਚੱਕੋ ਚੱਕਿਆ ਗਿਆ, ਚਲੋ ਚਲੋ ਚਲੋ। ਅਤੇ ਆਪਾਂ ਕੰਟੇਨਰ ਕੱਢਣਾ ਗਾ, ਕੰਟੇਨਰ ਕੱਢ ਕੇ ਓਹੋ ਗੁਟਕਾ ਜਿਹਾ ਪਰੇ ਨੂੰ ਚਲਿਆ ਗਿਆ, ਚੁੱਕੋ ਆਪਾਂ ਕੰਟੇਨਰ ਕੱਢ ਕੇ ਅਤੇ ਫਿਰ ਟਿੱਕਾ ਲੈ ਕੇ ਜਾਣਾ ਤਾਂ ਕਰਕੇ। ਆਹ ਦੇਖੋ ਇਹਨੂੰ ਆਪਾਂ ਕਿੱਧਰ ਨੂੰ ਘੁਮਾਉਣਾ, ਹਾਂ ਇੱਧਰ ਨੂੰ ਘੁਮਾਉਣਾ, ਇੱਕ ਤਾਂ ਹੀ ਡਹੀ ਹੈ ਇਹਦੀ, ਇਹਨੂੰ ਖੋਲ੍ਹੀ ਜਾਣਾ ਆਪਾਂ, ਅਤੇ ਪਿੱਕੇ ਨੇ ਇਹਨੇ ਫਿਰ ਤਾਂ ਉੱਪਰ ਨੂੰ ਆ ਜਾਣਾ ਗਾ। ਇੱਕ ਮਿੰਟ ਆਹ ਚੱਕਣਾ ਹੁੰਦਾ ਸ਼ਾਇਦ, ਹਾਂ ਹੁਣ ਚੱਕਿਆ ਜਾਊਗਾ ਇਹ।
ट्रेलर कढ़ता आपां देखो सही है ना नाल तो नहीं खिंच दूगा थोड़ा जिहा होर चकदा ना वह बिच लग के होर कितने खिंच के ना लै जाए चोर बहुत लात होए दोनों हाथों ना कर दें एक मिनट लो जी हूँ कोई काम जहाँ वो जाया ही है फिर उस तो बाद दिखाओ दवाई दवा लैके आए थे मामा अख च दर्द हों अखे दर्द हों मामा अख च कुछ लग गया अख च कुछ पै गया मतलब ਧਾਰ ਕਰ ਲਾ ਯਾਰ ਏਦਾਂ ਹੀ ਚੱਲਦਾ ਉੱਥੇ ਤਾਂ ਇੱਥੇ ਧਾਰ ਥੋੜੀ ਇੱਥੇ ਤਾਂ ਮੈਂ ਕਹਿਣਗੇ ਮੁੜ ਕੇ ਖਬਰ ਤੁਸੀਂ ਨਾ ਆਓ ਇੰਨੀ ਵਾਲ ਮਾਰ ਚੱਲ ਛੱਡੀਏ ਇਸੇ ਨਾਲ ਹੀ ਕੱਢਣਾ ਦਵਾਈ ਲੈ ਲਈ ਆਪਾਂ ਤੇ ਕਹਿ ਜੀ ਘੈਂਟ ਨਵੀਆਂ ਚੀਜ਼ਾਂ ਕਿੰਨੇ ਦਾ ਕਿੰਨੇ लो जी रात फिर उस तो बाद घरे आ गए थे तो अज हैगा दूजा दिन दो वीकां दी होलीडेज ने इहदे करके घरे फ्री हाँ तो बाकी कोई कम जाना सीगा गड्डी च ते गड्डी हुणी आई हैगी चाची जाने की कम तो आ गए थे ते बाकी मैं तुहानूं दसदा भी तुहाडे कमेंट आ रहे भी है ना चोबर नहीं आ रहा भी चोबर कदों आऊगा भी चोबर क्यों नहीं आ रहा यह सारे सवालों का जवाब मैं तुहानूं दिंदा हैगा हुण आपां गल करदे हां भी चोबर क्यों नहीं आ रहा चोबर जी इतने ही सरकार कहती भी है ना ट्रैक्टर नहीं आ सकता इतने कस्टम क्लीयरेंस आके फस जाएगा उधरों तो चढ़ते हैं कोई दिक्कत नहीं हैगी है ना उदू बाद जे इतने कस्टम च फस गया ट्रैक्टर तो ना इधर ना उधर उन्होंने स्क्रैप करने के भी पैसे लेने हैं ठीक है जी तो चक्कर बहुत पै जाते हैं तो बाकी 2017 मॉडल आ नहीं सकता 2007 तो पुराना आ सकता 2007 तो पुराना जॉन डियर आ शेप च आता नहीं दूजी शेप च आता जी ठीक है तो वह चलो फिर है ना चलो वह भी लै लिया आप तो लैके उन्होंने पेंट करा के वह इंजन वगैरह जोड़ा कुछ भी होगा करा के वो सारा कुछ जाने की उन्होंने सिंपल करके इधर लैके आना पेगा तो वह समान अलग लैके आना पेगा तो उन्होंने टाइम कम से कम 3-4 महीने कितने नहीं गए 3-4 2 महीने का तैयार होने लग जाने 2 महीने 2-3 महीने उ लग जाने है ना तो टाइम बड़ा लगता गा इस करके देखते हैं ये सैचरडे आप इतने कितने जाके आना गा तुम दिखावे है ना इतों का माहौल तो बहुत घेंट बाई को ट्रैक्टर ने गए 5-6 तो बाई ना मिलावे है ना तो देखा उ बनता नवा जॉन डियर पहला लैके आना सगा फिर नवा जॉन डियर का इदा गा वह कहें इतने सरकार ने हम नवा रूल लागू किया भी नवा ट्रैक्टर भी नहीं आ सकता कला सिर्फ एंटीक पीस आ सकता गा तो वो करके चक्कर पै गया नहीं तो नवा ट्रैक्टर ले आते वह सारा सिस्टम आप सारा समान उत्ते फिट कर लेंगे है ना तो चलो बाकी देखते हैं की बनता अगे अगे इदा तो लिया तो आप फोर्ड भी लिया सकते पर फोर्ड का इदा गा भी इतने फोर्ड तो बथेरे आ जो नगर कीर्तन होगा हूँ सू उ दिखावे आप नगर कीर्तन आने वाली आ बस फिर इतने स्वराज भी है फोर्ड भी है मैसी भी है सारे है कले जॉन्डियर छड़ के जॉन्डियर नहीं है तो वो करके कहते भी अपना जिम्मे तैयार किया उरे जाने की वधिया वह लगू है ना तो भी सारे डिमांड से भी लैके आओ है ना जॉन्डियर उरे तो फिर लैके तो हम आ नहीं सकते उन्होंने है ना तो उरी देखते हैं कोई ट्रैक्टर जो समान होगा ट्रैक्टर का वह मंगा लेंगे उरे तो उरे ट्रैक्टर से फिट कर लेंगे इदा का कुछ प्लैन हूँ असं सोच रहे थे बाकी चलो देखते हैं बाकी अगे अपन कुछ नहीं पता है ना अजे तो भी की बनना की ना की हल होना गा तो बाकी चलो तो बाकी तुम सपोर्ट करो वो तो क्योंकि बहुत खर्चा हो जाना ना उन्होंने इधर लैके आना गा तो मतलब सारा समान इधर भी लैके आना उदो इधर इतने मोडिफिकेशन बहुत महंगी आ इत्थे इंडिया हिसाब न तिगनी पै जाती है कम है ना तो उस करके वो तो सपोर्ट करो है ना फिर होर भी वधिया कॉन्टेंट लैके आवेंगे तो बाकी लाइक कर दिया करो लाइक ना वीडियो की जी रीच वधदी हैगी रीच वधन सानू होर मतलब सपोर्ट मिलती हैगी भी हाँ तुसी होर चाहते हो भी असी होर इदा दे कॉन्टेंट लैके आईए हुण लगे फिलहाल जान मामे नूं कम सीगा माड़ा जिहा लो आपां नाले कम करे आवेंगे नाले गेड़ा कढ़े आवेंगे मामे नाल है ना मामा कहिंदा मैनूं कंपनी दे दिओ है ना मामा मैं क्या मामा कहना मैं कंपनी दे दो नाल अज मौसम भी बहुत घेंट आ अज मौसम इन्ना वधिया थलों दी अद्धियां बाहां दी पाई हुई आ हुड्डी दा तां नौं ही हैगा बस हुड्डी ला के भी घूम सकदे आ आपां अद्धियां बाहां च हुण समर आ गए बस हुण स्वाद आऊगा भाई इधर बह गया मैं इधर बह गया सीगा मैं इधर बह गया सी ओ जी ओ दिखाउणे आ तुहानूं ओ बैठे हुण बाबे गर्मियां करके ओ बाहर निकले
ਉਹ ਦੇਖੋ ਹੁਣ ਆਉਂਦਾ ਨਾ ਸਵਾਦ ਹੁਣ ਲਾਦਾ ਨਾ ਪਿੰਡਾਂ ਵਾਲਾ ਮਾਹੌਲ ਪਿੰਡਾਂ ਵਾਲਾ ਹਾਂ ਜਿਵੇਂ ਸੱਚ ਤੇ ਜਾ ਕੇ ਬਹਿ ਜਾਂਦੇ ਨੇ ਇਸੀ ਨਾ ਸਾਰੇ ਸੱਚ ਤੇ ਇਕੱਠੇ ਹੋ ਕੇ ਬਹਿ ਜਾਂਦੇ ਹੁੰਦੇ ਸੀਗੇ ਉਦੋਂ ਮਤਲਬ ਆਪਦਾ ਵਧੀਆ ਚਿੱਲ ਕਰਦੇ ਸੀਗੇ ਹੈ ਨਾ ਤੇ ਉਰੇ ਵੀ ਸਾਰਾ ਕੁਛ ਉਦਾਂ ਹੀ ਹਾਂ ਗੱਲਾਂ ਬਾਤਾਂ ਮਾਰਦੇ ਆ ਕਿਉਂਕਿ ਹੁਣ ਉਹ ਤਾਂ ਬਾਈ ਰਿਟਾਇਰਡ ਨੇ ਇੰਨਾ ਹੁਣ ਕੰਮ ਤਾਂ ਕਰ ਨਹੀਂ ਸਕਦੇ ਹੈ ਨਾ ਤੇ ਜਿਹਨਾਂ ਨੂੰ ਪੈਨਸ਼ਨ ਲੱਗੀ ਹੋਈ ਆ ਉਹ ਵਧੀਆ ਆਪਦੀ ਲਾਈਫ ਜਿਉਂਦੇ ਹੈਗੇ ਦੇਖ ਲਓ ਜਿਹਨੇ ਉਰੇ ਕੰਮ ਕਰ ਲਿਆ ਪਰ ਉਹਦਾ ਰਿਕਾਰਡ ਜਿਹਦਾ ਬਣ ਗਿਆ ਵਧੀਆ ਉਹ ਫਿਰ ਬਾਅਦ ਚੋਂ ਵਧੀਆ ਲਾਈਫ ਜਿਉਂਦਾ ਹਾਂ ਵੀ ਉਹ ਮਤਲਬ ਬਹਿ ਕੇ ਖਾਂਦਾ ਬੰਦਾ ਵਧੀਆ ਹੈ ਨਾ ਕਿਉਂਕਿ ਉਹ ਪੈਨਸ਼ਨ ਲੱਗ ਜਾਂਦੀ ਆ ਪਰ ਕੈਨੇਡਾ ਜਾਂ ਤਾਂ ਯੰਗ ਦੀ ਹਾਂ ਜਾਂ ਨੰਗ ਦੀ ਜਾਂ ਬੁੜਿਆਂ ਦੀ ਹਾਂ ਬਸ ਕੰਮ ਕਰਨ ਵਾਲੇ ਬੰਦੇ ਤਾਂ ਬਸ ਮਸ਼ੀਨ ਨੇ ਸਵੇਰੇ ਉੱਠ ਕੇ ਬਟਨ ਦੱਬ ਦਿੰਦੇ ਆ ਵੀ ਚਲੋ ਕੰਮ ਤੇ ਸੈਲਫ ਸਟਾਰਟ ਸੈਲਫ ਸਟਾਰਟ ਸੌਂ ਜਾਂਦੀ ਆ ਹੱਥ ਨੇ ਆ ਕੇ ਮਸ਼ੀਨਾਂ ਸੌਂ ਜਾਂਦੀਆਂ ਬੰਦੇ ਸੌਂ ਨਹੀਂ ਗਏ ਮਸ਼ੀਨਾਂ ਬੰਦ ਕਰਤੀਆਂ ਫਿਰ ਮਸ਼ੀਨਾਂ ਚੱਲਦੀਆਂ ਸਹੀ ਗੱਲ ਆ ਬਾਈ ਇੱਥੇ ਤਾਂ ਮਤਲਬ ਇਹੋ ਜਿਹਾ ਕੁਛ ਹੀ ਆ ਪੰਜਾਬ ਵਰਗੀ ਮੌਜ ਕਿਤੇ ਨਹੀਂ ਨਹੀਂ ਪੰਜਾਬ ਵਰਗੀ ਮੌਜ ਤਾਂ ਸਰਦਾਰੀ ਵੀ ਆ ਟੌਰ ਸਰਦਾਰੀ ਟੌਰ ਠੀਕ ਆ ਉੱਥੇ ਐਤਵਾਰ ਥੋੜੀ ਦੇਖਣਾ ਬਾਈ ਅੱਜ ਤੱਕ ਆਪਾਂ ਤੁਹਾਨੂੰ 6-7 ਮਹੀਨੇ ਹੋ ਗਏ ਕਦੇ ਚਿੱਟਾ ਕੁੜਤਾ ਪਜਾਮਾ ਪਾ ਕੇ ਦੇਖਿਆ ਨਹੀਂ ਵੀਰੇ ਚਿੱਟਾ ਕੁੜਤਾ ਮਤਲਬ ਕਦੇ ਟੌਰ ਕੱਢ ਕੇ ਵੇਖੀ ਆ ਨਹੀਂ ਨਹੀਂ ਐ ਉੱਥੇ ਤਾਂ ਆਪਾਂ ਨੂੰ ਵਿਆਹ ਆ ਗਿਆ ਪਹਿਲਾਂ ਤਾਂ ਕੱਪੜੇ ਲੈਣ ਜਾਂਦੇ ਆ ਫੇਰ ਮਤਲਬ ਬੰਦਾ ਮਹੀਨਾ ਚੱਲਦਾ ਉੱਥੇ ਹਾਂ ਲੈ ਹੋਰ ਹੁਣ ਬਾਈ ਸਰਕਾਰ ਨਾ ਤੁਹਾਨੂੰ ਫਸਾ ਲੈਂਦੀ ਆ ਘੇਰਾ ਪਾ ਲੈਂਦੀ ਆ ਵੀ ਇਹ ਮੁੜ ਕੇ ਨਾ ਜਾਵੇ ਇਹੋ ਜਿਹਾ ਜਾਲ ਬਣਦੇ ਨੇ ਤੁਹਾਨੂੰ ਗੱਡੀ ਵੀ ਦੇਣਗੇ ਸਾਰਾ ਕੁਝ ਦੇਣਗੇ ਕਈ ਵਾਰ ਹਿੱਲ ਨਹੀਂ ਟੈਕਸੀ ਬਾਈ ਇੰਨਾ ਪਾ ਆਉਂਦੇ ਹੈਗੇ ਘਰ ਦੀ ਕਿਸ਼ਤ ਹੋ ਗਈ ਠੀਕ ਆ ਗੱਡੀ ਦੀ ਕਿਸ਼ਤ ਬੰਦੇ ਤੇ ਇੰਨੀਆਂ ਚੀਜ਼ਾਂ ਪਾਉਂਦੇ ਬੰਦਾ ਜਾ ਹੀ ਨਹੀਂ ਸਕਦਾ ਮਜਬੂਰ ਕਰ ਦਿੰਦੇ ਆ ਜੇ ਬੰਦਾ ਨਿਕਲ ਗਿਆ ਤਾਂ ਵਧੀਆ ਯਾਰ ਵੀ ਇੱਕ ਵਾਰ ਜਿਹੜਾ ਇੱਥੋਂ ਮੁੜ ਕੇ ਨਿਕਲ ਗਿਆ ਨਾ ਉਹ ਠੀਕ ਆ ਜਿਹਦਾ ਬਸ ਉਹ ਰਿਸੈਟ ਆ ਗਿਆ ਫਿਰ ਉਹਨੂੰ ਜਾਣ ਦੀ ਲੋੜ ਵੀ ਨਹੀਂ ਵੈਸੇ ਤੇ ਬਾਕੀ ਚੱਲੇ ਸੀਗੇ ਹੁਣ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ ਤੁਹਾਨੂੰ ਅੱਗੇ ਦਿਖਾਉਂਦੇ ਆ ਕਮੈਂਟ ਕਰਕੇ ਦੱਸੋ ਜਿਵੇਂ ਅਸੀਂ ਗੱਲਾਂ ਮਾਰਦੇ ਹਾਂ ਤੁਹਾਨੂੰ ਦਿਖਾਇਆ ਕਰੀਏ ਜਾਂ ਨਾ ਦਿਖਾਇਆ ਕਰੀਏ ਵਧੀਆ ਲੱਗਦੀਆਂ ਨੇ ਵਧੀਆ ਲੱਗਦੀਆਂ ਨੇ ਕਿ ਨਹੀਂ ਹਾਂ ਤੇ ਬਾਕੀ ਥੋੜੀ ਬਹੁਤੀ ਇਨਫੋਰਮੇਸ਼ਨ ਜਿਸ ਨੂੰ ਤੁਸੀਂ ਲਾਈਕ ਕਰਦੇ ਹਾਂ ਕੈਨੇਡਾ ਬਾਕੀ ਕੈਨੇਡਾ ਦੀ ਥੋੜੀ ਜਿਹੀ ਲਾਈਫ ਜਿੰਨਾ ਕੁ ਅਬਜ਼ਰਵ ਕੀਤਾ ਤਾਂ ਇੱਥੇ ਦਾ ਬਾਈ ਯਾਰ ਬਸ ਉਹਨਾਂ ਦਾ ਹਾਂ ਕੰਮ ਹੀ ਆ ਬਸ ਹੋਰ ਕੁਝ ਨਹੀਂ ਹੈਗਾ ਕੰਮ ਤੋਂ ਬਿਨਾਂ ਤੇ ਇੱਕ ਫਾਸਟ ਚੀਜ਼ ਇਹੀ ਆ ਇਹਨਾਂ ਦਾ ਜਿਹੜਾ ਕਲਚਰ ਹੈ ਉਹ ਹੈ ਹੀ ਕੰਮ ਵਾਲਾ ਕੰਮ ਹੀ ਕਲਚਰ ਆ ਸਹੀ ਗੱਲ ਗ੍ਰੋਸਰੀ ਲੈਣ ਦੀ ਕੋਈ ਹੋਰ ਕੰਮ ਹੋ ਗਿਆ ਘਰ ਦਾ ਮਾੜਾ ਮੋਟਾ ਹਨਾ ਉਹ ਤਾਂ ਲੰਘ ਜਾਂਦਾ ਟਾਈਮ ਯਾਰ ਸਾਰੀ ਫੇਰ ਸਟਾਰਟ ਹੋ ਜਾਂਦਾ ਸੋਮਵਾਰ ਉਰੇ ਕਿਸੇ ਨੂੰ ਨੀ ਚੰਗਾ ਲੱਗਦਾ ਸੋਮਵਾਰ ਉਰੇ ਕਿਸੇ ਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਉੱਠ ਕੇ ਫਿਰ ਕੰਮ ਤੇ ਜਾਣਾ ਹੁੰਦਾ ਹਨਾ ਜਦੋਂ ਐ ਹੁੰਦਾ ਵੀ ਹਾਂ ਵੀ ਸੰਡੇ ਆਉਣ ਵਾਲਾ ਸੈਚਰਡੇ ਆਉਣ ਵਾਲਾ ਫਿਰ ਤਾਂ ਬੰਦਾ ਖੁਸ਼ ਹੋ ਕੇ ਕੰਮ ਕਰਦਾ ਹੈ ਬਸ ਫੇਰ ਬਾ ਵੀ ਆ ਕੱਲ ਸੈਚਰਡੇ ਆ ਸੈਟਰਡੇ ਵੀ ਛੁੱਟੀ ਆ ਕੱਲ ਨੂੰ ਬਾਕੀ ਚੀਜ਼ਾਂ ਤਾਂ ਇੱਥੇ ਬਹੁਤ ਬਣਾਈਆਂ ਲੌਂਗ ਵੀਕਐਂਡ ਹੋ ਗਿਆ ਬਹੁਤ ਚੀਜ਼ਾਂ ਨਹੀਂ ਇਹਦੇ ਨਾਲ ਰੈਸਟ ਕਰਨ ਖਾਤਰ ਬਣਾਏ ਹੋਏ ਨੇ ਵੀ ਆਪਾਂ ਆਏ ਸੀਗੇ ਟੀਡੀ ਬੈਂਕ ਬੈਂਕ 'ਚ ਕੰਮ ਸੀ ਥੋੜਾ ਜਿਹਾ ਇਹ ਐਤਵਾਰ ਨੂੰ ਵੀ ਖੁੱਲੀ ਹੁੰਦੀ ਬਾਹਲੀਆਂ ਨੇੜੇ ਨੇੜੇ ਲਾਈਆਂ ਪਈਆਂ ਗੱਡੀਆਂ ਤੇ ਜਾਓ ਬਾਈ ਫਿਰ ਮੈਂ ਗੱਡੀ ਚ ਬਹਿ ਜਾਂਦਾ ਤੁਸੀਂ ਕਰਿਆ ਉਹ ਕੰਮ ਮੈਂ ਗੱਡੀ ਚ ਬੈਠਾ ਥੋੜੇ ਪੰਗੇ ਜਿਹੇ ਲੈਂਦਾ ਸੀਗਾ ਤੇ ਮੈਨੂੰ ਪਤਾ ਲੱਗਿਆ ਪੁਰਾਣੇ ਟਾਈਮ ਵਾਲਾ ਹੋਗਾ ਵੀ ਇਹਦੇ ਚ ਡਿਸਕ ਪੈਂਦੀ ਆ ਗੱਡੀ ਪੁਰਾਣੀ ਆ ਨਾ ਦੇਖੋ ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਵਧੀਆ ਚੀਜ਼ ਹੈ ਲਓ ਜੀ ਦੋਨੇ ਕੰਮ ਨਿਬੇੜਤੇ ਤੇ ਆ ਦੇਖੋ ਪਸੰਦ ਰੂਫ ਇਹ ਵੀ ਘੈਂਟ ਆ ਚੀਜ਼ ਪੂਰੀ ਆਪਾਂ ਉਹ ਖੁੱਲਾ ਛੱਡ ਕੇ ਆ ਨਹੀਂ ਬੰਦ ਕਰ ਸਕਦੇ ਨਾ ਆਹ ਨਹੀਂ ਬੰਦ ਹੁੰਦਾ ਉਹਨਾਂ ਚਿਰ ਜਿੰਨਾ ਚਿਰ ਆਹ ਨਹੀਂ ਬੰਦ ਹੁੰਦਾ ਇੱਥੋਂ ਜਾਣਾ ਇਹਨੇ ਬੰਦ ਚੱਕ ਇੱਦਾਂ ਫੀਲ ਲੈ ਸਕਦੇ ਹਾਂ ਛੱਕੋ ਇਹਦੇ ਛੋਟਾ ਪਿੱਕੇ ਚ ਬਾਹਲਾ ਵੱਡਾ ਨਾ ਬਾਈ ਰੂਫ ਹੈਗਾ ਤਾਂ ਮੂਨ ਰੂਫ ਵੀ ਨਾ ਹਾਂ ਜੀ ਹੁਣ ਅਸੀਂ ਆਏ ਸੀਗੇ ਸੁਪਰ ਸਟੋਰ ਤੇ ਇੱਥੇ ਲੱਗਿਆ ਕਹਿਣ ਦਾ ਫਲੈਗ ਠੀਕ ਆ ਤੇ ਚਲੋ ਚੱਲੀਏ ਯਾ ਆ ਜਾਓ ਸੁਪਰ ਸਟੋਰ ਆਪਾਂ ਆਏ ਸੀ ਕੋਈ ਕੰਮ ਮਾੜਾ ਮੋਟਾ ਸਮਾਨ ਜਿਹਾ ਲੈਣਾ ਸੀ ਘਰ ਦਾ ਗਰੋਸਰੀ ਸੁਪਰ ਸਟੋਰ ਯਾ
ਤੇ ਚੱਲਦੇ ਅੰਦਰ ਕੀ ਲੈਣਾ ਆ ਬਾਈ ਗਾਰਲਿਕ ਬ੍ਰੈਡ ਹੁਣ ਹੀ ਲੈਣਾ ਆ ਗਾਰਲਿਕ ਬ੍ਰੈਡ ਹੁਣ ਹੀ ਲੈਣਾ ਆ ਤੇ ਲੱਭਦੇ ਆ ਕਿਤੇ ਇੱਧਰ ਤਾਂ ਬਾਈ ਕੱਪੜੇ ਲਾ ਲਿਆ ਫਾਰਮੇਸੀ ਆ ਗਈ ਕੱਪੜੇ ਫਾਰਮੇਸੀ ਇੱਧਰ ਹੀ ਹੋਊਗਾ ਕਿਤੇ ਉਹ ਆ ਸਬਜ਼ੀਆਂ ਸੁਬਜ਼ੀਆਂ ਵਾਲੀ ਆ ਸਾਰਾ ਆ ਦੇ ਅੰਦਰ ਅੱਗੇ ਪਾਈਨਐਪਲ ਹੋ ਗਿਆ ਚੱਕ ਦੇ ਫੁੱਟੇ ਕਿਤੇ ਲੱਭ ਲਾ ਹਾਂ ਮੂਲੀਆਂ ਵੀ ਲੈ ਕੇ ਜਾਣੀ ਠੀਕ ਆ ਖਰੀਦਣੀਆਂ ਨੇ ਲਓ ਜੀ ਸਾਨੂੰ ਗਾਰਲਿਕ ਬ੍ਰੈਡ ਲੱਭ ਬਾਈ ਕਿੱਥੇ ਆ ਗਾਰਲਿਕ ਬ੍ਰੈਡ ਇੱਥੇ ਹੀ ਹੋਣਾ ਚਾਹੀਦਾ ਇੱਥੇ ਹੀ ਫਿਰਦਾ ਹੁੰਦਾ ਕਹਿੰਦਾ ਇੰਨਾ ਚੋ ਵੀ ਨਹੀਂ ਹੈਗਾ ਕਹਿੰਦਾ ਜੀ ਤੁਸੀਂ ਵਲੌਗ 'ਚ ਜ਼ਰੂਰ ਬਣਾਇਆ ਕਰੋ ਵੀ ਨੂਰ ਦੇ ਵਲੌਗ ਜਾ ਕਹਿੰਦੇ ਗੱਲਾਂ ਬਹੁਤ ਵਧੀਆ ਲੱਗਦੀਆਂ ਨੇ ਅੱਛਾ ਗੱਲਾਂ ਵਧੀਆ ਲੱਗਦੀਆਂ ਨੇ ਹਾਂ ਗਾਰਲਿਕ ਬ੍ਰੈਡ ਬਾਈ ਲੱਭਦਾ ਹੀ ਨਹੀਂ ਯਾਰ 20 ਵਾਰੀ ਕਿਹਾ ਇੱਧਰ ਵੀ ਦੇਖ ਲਾ ਵੀ ਆਪਣੀ ਜਗ੍ਹਾ ਤੇ ਬਹਿ ਜਾ ਕਰ ਸਹੀ ਜਗ੍ਹਾ ਤੇ ਬਹਿ ਜਾ ਤਾਂ ਬੁਰੇ ਹੋ ਕੇ ਲੈਣਾ ਇੱਧਰ ਦੇਖ ਲਾ ਬਾਈ ਆਹ ਵੀ ਬ੍ਰੈਡ ਹੀ ਆ ਹੈਗੇ ਤਾਂ ਬ੍ਰੈਡ ਹੋਣੀ ਹੋਣੇ ਇਹ ਕਿੰਨੇ ਹਿਸਾਬ ਤਾਂ ਦੇ ਬਣਾਏ ਹੋਏ ਆ ਨਾ ਗਾਰਲਿਕ ਬਾਈ ਪੱਕਾ ਪਾਏ ਹੋ ਰਹੀ ਹੋਣਗੇ ਆਪਾਂ 3 ਵਾਰ ਨੰਗੇ ਹੋਵਾਂਗੇ ਉਹਦੇ ਮੂਹਰ ਦੀ ਦੇਖੀ ਮੈਨੂੰ ਲੱਗਦਾ ਆਪਾਂ 2-3 ਵਾਰ ਨੰਗੇ ਉਹਦੇ ਮੂਹਰ ਦੀ ਕਰਕੇ ਦੇਖ ਲਾ ਫਿਰ ਹੈ ਬਾਈ ਫ੍ਰੈਗਨੈਂਸ ਕਿੰਨੀ ਸੋਹਣੀ ਆਉਂਦੀ ਆ ਨਾ ਇਹਨਾਂ ਦੀ ਵਾਹ ਬੜੀ ਘੈਂਟ ਫ੍ਰੈਗਨੈਂਸ ਹੁੰਦੀ ਆ ਵੀਡੀਓ ਕਾਲ ਲਾ ਲਈ ਕਹਿੰਦੇ ਅਸੀਂ ਇੱਥੇ ਫਿਰਦੇ ਆ ਸਾਨੂੰ ਦੱਸੋ ਵੀ ਕਿੱਥੇ ਨੇ ਗਾਰਲਿਕ ਬ੍ਰੈਡ ਇੱਧਰ ਤਾਂ ਕੁਲਚੇ ਹੋਣੀ ਆ ਗਏ ਬਾਈ ਫੋਨ ਲੈ ਕੇ ਘੁੰਮੀ ਜਾਂਦਾ ਦੇਖ ਦਿਖਾਈ ਜਾਂਦਾ ਕਿੱਥੇ ਨੇ ਕਿੱਥੇ ਨੇ ਦੋ-3 ਵਾਰ ਗੇੜੇ ਦਿੱਤੇ ਹੋਣਗੇ ਵੀ ਆਪਾਂ ਨੂੰ ਪਤਾ ਹੀ ਲਾਦਾ ਹੁਣ ਤਾਂ ਹੀ ਵੀਡੀਓ ਕਾਲ ਲਾਈ ਸੀਗੀ ਉਹ ਸਿਲਵਰ ਐਡਾ ਐਡਾ ਲਿਖਿਆ ਹੋਇਆ ਪਤਾ ਫਿਰ ਨੀ ਲੱਗਿਆ ਲੱਭਣੀ ਆ ਮੋਲੀ ਇੰਗਲਿਸ਼ ਚ ਮੋਲੀ ਨੂੰ ਕੀ ਕਹਿੰਦੇ ਆ ਮੋਲੀਸ ਆ ਲੱਭ ਗਏ ਆ ਦੇਖੋ ਮੈਕਸੀਕੋ ਦਾ ਮੋਲੀ ਮੋਲੀਸ ਮੈਕਸੀਕੋ ਦਾ ਪ੍ਰੋਡਕਟ ਰੱਖਦੀ ਆ ਨਾ ਰੁੜੀ ਜਾਣਾ ਮਾਰੋ ਜੀ ਉੱਥੇ ਘੁੰਮੀ ਜਾਂਦੀ ਆ ਨਾ ਆਪਾਂ ਸਿੱਧੀ ਰੱਖ ਸਕਦੇ ਹਾਂ ਫਿਰ ਘੁੰਮਦੀ ਨਹੀਂ ਸਿੱਧਾ ਕੰਮ ਕਰ ਹੀ ਨਹੀਂ ਸਕਦੇ ਪੰਜਾਬੀ ਹਾਂ ਅਸੀਂ ਹੈਂ ਮੈਂ ਪਤਾ ਕੀ ਕੀਤਾ ਮੈਂ ਪੀ ਕੇ ਕਿਹਾ ਜੀ ਇਹ ਮਿੰਟੋ ਜ਼ਿੰਦਗੀ ਨਿੰਦਰ ਮਾਮਾ ਜੀ ਹੱਸਣ ਲੱਗ ਗਏ ਇਹ ਹੈ ਆਮ ਜ਼ਿੰਦਗੀ ਉਸਕੇ ਬਾਅਦ ਇਹ ਹੈ ਮਿੰਟੋ ਜ਼ਿੰਦਗੀ ਚਲੋ ਜੀ ਮੋਰੀਆਂ ਲੈ ਲਈਏ ਨਾਲੇ ਲੈ ਲਿਆ ਗਾਰਲਿਕ ਬ੍ਰੈਡ ਚੱਲੀਏ ਘਰ ਨੂੰ ਅਤੇ ਗਾਰਲਿਕ ਬ੍ਰੈਡ ਸਵੇਰੇ ਬਣਾ ਕੇ ਖਾਂਦੇ ਹੁੰਦੇ ਹਾਂ ਨਾ ਆਪਾਂ ਸਾਗ ਦੇ ਪਾਣੇ ਪਾਉਂਦੇ ਸਾਗ ਦੇ ਸਾਗ ਬਣਾਇਆ ਅੱਜ ਸਾਗ ਬਣਾਇਆ ਹਾਏ ਹਾਏ ਅੱਜ ਬਣਿਆ ਸਾਗ ਦੇ ਪੰਨੇ ਪਾਵਾਂਗੇ ਹਾਂ ਜੀ ਕੈਨੇਡਾ ਚ ਗੰਦ ਨਹੀਂ ਹੈਗਾ ਦੇਖੋ ਕਿਲੇ ਟਟਕ ਉੱਥੇ ਟਟਕ ਹੈ ਬਾਈ ਸਭ ਕੁਝ ਉਦਾਂ ਹੀ ਹੈਗਾ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਆਪਾਂ ਦੇਖ ਲਿਆ ਹੁਣ ਤਾਂ ਆਪਣਾ ਇੰਡੀਆ ਬਹੁਤ ਤਰੱਕੀ ਕਰ ਸਹੀ ਗੱਲ ਆ ਚੱਲ ਰਿਹਾ ਤਰੱਕੀ ਚ ਮਾਣ ਆ ਸਾਨੂੰ ਪੰਜਾਬ ਤੇ ਰੁਕੋ 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 ਦੇਖੋ ਇੱਕ ਮੰਦੀ ਰਗੜਦਾ ਉਹ ਖੜਾ ਆਪਣਾ ਸੀਆਰਪੀ ਉਹ ਜਮਾ ਸਿਰੇ ਤੇ ਸਾਨੂੰ ਪਾਰਕਿੰਗ ਨਹੀਂ ਮਿਲੀ ਪਹਿਲਾਂ ਹੁਣ ਵਿਹਲੀ ਪਈ ਆ ਆਹ ਦੇਖਦੇ ਇੱਕ ਚੀਜ਼ ਦਿਖਾਵਾਂ ਖੁੱਲ ਗਿਆ ਲੋਕ ਹਾਂ ਖੁੱਲ ਗਿਆ ਕਿੰਨੇ ਬਾਈ ਖੁੱਲੂਗਾ ਹੀ ਫਿਰ ਟੈਕਨੋਲੋਜੀ ਆ ਬਾਈ ਉਹ ਤਾਂ ਇੰਡੀਆ ਚ ਧੁੱਪ ਨਹੀਂ ਇੰਡੀਆ ਚ ਤਾਂ ਸਾਡੀ ਪੁੱਲ ਦੇ ਆ ਲੋਕ ਦੱਬ ਕੇ ਰੱਖ ਲਾ ਸ਼ੀਸ਼ੇ ਵੀ ਖੋਲੇ ਜਾਂਦੇ ਆ ਇਹ ਹੈ ਮੈਂਟੋ ਜ਼ਿੰਦਗੀ ਇਹ ਹੈ ਮੈਂਟੋ ਜ਼ਿੰਦਗੀ ਚਲੋ ਖੋਲੋ ਐਡ ਕਾਹਦੀ ਦੇਖ ਲਈ ਅੱਜ ਮੈਂਟੋਸ ਦੀ ਸਰੀਰ ਲਾਇਆ ਪਿਆ ਹੈਗਾ ਮੈਂਟੋਸ ਦੀ ਐਡ ਕੀ ਦੇਖ ਲਈ ਦੇਖ ਇੱਕ ਤੈਨੂੰ ਹੋਰ ਚੀਜ਼ ਦਿਖਾਵਾਂ ਕੈਨੇਡਾ ਚ ਟੈਕਨੋਲੋਜੀ ਕਿੰਨੀ ਹਾਈ ਲੈਵਲ ਤੇ ਹਾਂ ਬਟਨ ਦੱਬ ਉਹ ਬਾਈ ਇੰਡੀਆ ਚ ਵੀ ਹੈਗਾ ਬਾਈ ਇੰਡੀਆ ਚ ਵੀ ਹੈਗਾ ਇਹ ਤਾਂ ਆਹ ਇੱਕ ਹੋਰ ਗੱਲ ਹਾਂ ਆ ਚੱਕ ਆ ਚੱਕ ਪਾਇਆ ਹਾਂ ਗੱਡੀ ਭਜਾ ਲਓ ਬਾਈ ਜਿਹੜੇ ਹਿਸਾਬ ਨਾਲ ਤੇ ਗੇਅਰ ਪਾਇਆ ਹੈ ਹੱਥ ਚ ਨਾ ਆ ਗਿਆ ਫਿਰ ਵਾਰਸ ਪਾਉਣਾ ਸੀ ਸਹੀ ਗੱਲ ਆ ਸਿੱਧਾ ਵੀ ਜਾ ਉੱਥੇ ਦੇਖ ਇੱਕ ਹੋਰ ਗੱਲ ਸਾਰਾ ਕੁਝ ਦੇਖਦਾ ਪਿੱਛੇ ਟੈਕਨੋਲੋਜੀ ਹਾਈ ਲੈਵਲ ਦੀ ਹਾਏ ਰੱਬਾ ਉਹੀ ਕਹੀ ਜਾਵੇ ਹਨਾ ਘਰੇ ਚੱਲੀਏ ਕਿਰਾ ਤੇ ਜਦੋਂ ਆਪਾਂ ਸਿਮ ਲਿਆ ਸੀ ਆਪਾਂ ਉੱਥੋਂ ਲਿਆ ਸੀਗਾ ਉਹ ਫਾਈਟ ਵਾਲਿਆਂ ਨੇ ਉਤਰੋ ਮੈਂ ਕਿਹਾ ਚਲੋ ਦੱਸਦੀ ਬਾਈ ਕਮਾ ਕੇ ਫੇਰ ਸੁਪਰ ਸਟੋਰ ਮੋਰੇ ਲਿਆ ਆ ਥੋੜਾ ਜਿਹਾ
ਫਿਰ ਤੂੰ ਕਹੇਗਾ ਮਾਮੇ ਨੇ ਘੁਮਾਇਆ ਨਹੀਂ ਹੈਗਾ ਇੰਨਾ ਇਹ ਬਾਹਲੀ ਜਗ੍ਹਾ ਤੇ ਨਹੀਂ ਘੁਮਾਤਾ ਜੇ ਘੁਮਾ ਤਾਂ ਗੱਲ ਇਹੀ ਆ ਵੀ ਤੈਂ ਕਹੇਗਾ ਮਾਮੇ ਨੇ ਘੁਮਾਇਆ ਨਹੀਂ ਹੈਗਾ ਘੁਮਾਤਾ ਤੇ ਚੱਕਰਾਂ ਚ ਪਾਤਾ ਅੱਛਾ ਬਾਈ ਮੋੜ ਕੇ ਇੱਥੋਂ ਯੂਟਾ ਨਹੀਂ ਲੈਣਾ ਸੀਗਾ ਬਸ ਚੱਕੋ ਇਹ ਲੈ ਲੈ ਯੂਟਾ ਨਾ ਬਸ ਪਾਰਕਿੰਗ ਉੱਤੋਂ ਦੀ ਘੁਮਾ ਕੇ ਤੇ ਹੁਣ ਵਾਪਸ ਫੇਰ ਚਲੋ ਜੀ ਹਾਂਜੀ ਮਿੱਤਰੋ ਅਤੇ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਬਾਕੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਅਤੇ ਪਹਿਲਾਂ ਥੋੜ੍ਹਾ ਜਿਹਾ ਲੰਬਾ ਹੋ ਗਿਆ ਅਤੇ ਬਾਕੀ ਡਿਸਕ੍ਰਿਪਸ਼ਨ 'ਚ ਦਿੱਤਾ ਜੀ ਇੰਸਟਾਗ੍ਰਾਮ ਦਾ ਲਿੰਕ ਜਾ ਕੇ ਸਪੋਰਟ ਦਿਖਾਓ ਉੱਥੇ ਤੁਸੀਂ ਯਾਰ ਇੰਸਟਾਗ੍ਰਾਮ 'ਤੇ ਸਪੋਰਟ ਨਹੀਂ ਦਿਖਾਉਂਦੇ ਹੈਗੇ ਮਾੜੇ ਮੋਟਾ ਸ਼ੇਅਰ ਕਰੋ ਉਹਨੂੰ ਦੱਬ ਕੇ ਹੈ ਨਾ ਉਹਨੂੰ ਸਪੋਰਟ ਕਰੋ ਉੱਥੇ ਵੀ ਫੋਲੋਵਰ ਵਧਾਓ ਮਾੜੇ ਮੋਟੇ ਹੈ ਨਾ ਅਤੇ ਚਲੋ ਓਕੇ ਜੀ ਬਾਏ ਬਾਏ ਇੱਦਾਂ ਹੀ ਕੰਟੈਂਟ ਲੈ ਕੇ ਆਉਂਦੇ ਰਹਾਂਗੇ ਅਤੇ ਵਲੌਗ ਦੀ ਟਾਈਮਿੰਗ ਦੱਸਿਓ ਕੀ ਰੱਖੀ ਹੈ ਨਾ ਕਮੈਂਟ ਕਰਕੇ